ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੀ ਹਾਲ ਚਾਲ ਆ? ਸਵਾਗਤ ਆ ਤੁਹਾਡਾ ਸਾਰਿਆਂ ਦਾ ਆਪਣੇ ਨਵੇਂ ਬਲੌਗ 'ਚ। ਮੌਸਮ ਬਹੁਤ ਸੋਹਣਾ ਹੋਇਆ ਹੋਇਆ, ਅੱਜ ਰਾਤ ਦੀਆਂ ਕਣੀਆਂ ਜਿਹੀਆਂ ਪਈਆਂ ਥੋੜ੍ਹੀਆਂ ਜਿਹੀਆਂ, ਅਤੇ ਹਜੇ ਵੀ ਬੱਦਲ ਵਾਹਵਾ ਹੈਗੀ ਆ। ਮੀਂਹ ਦੀ ਆਸ ਵੀ ਹੋਰ ਪਊਗਾ, ਮੀਂਹ ਦਾ ਕਰਕੇ ਥੋੜ੍ਹਾ ਜਿਹਾ ਮੌਸਮ 'ਚ ਵੀ ਫਰਕ ਹੋਇਆ ਵਾ। ਨਹੀਂ ਤਾਂ ਗਰਮੀ ਬਹੁਤ ਜ਼ਿਆਦਾ ਸੀਗੀ, ਤਾਂ ਹਵਾ ਚੱਲਦੀ ਹੈ ਸਵੇਰੇ ਸਵੇਰੇ। ਹੁਣ ਸਵੇਰ ਤੋਂ ਪਾ ਚੁੱਕੇ ਆ ਤਕਰੀਬਨ 7, ਮੌਸਮ ਠੰਡਾ। ਨਹੀਂ ਤਾਂ ਇਸ ਵੇਲੇ ਨੂੰ ਤਾਂ ਦਿਨ ਚੜ੍ਹਦੇ ਨੂੰ ਚੂੜੀ ਪੂਰੀ ਟਾਈਟ ਕਰ ਦਿੰਦਾ ਰੱਬ ਗਰਮੀ ਦੀ, ਨਾ ਪੂਰਾ ਹਵਾ ਚੱਲਦੀ ਹੁੰਦੀ ਆ, ਅਤੇ ਧੁੱਪ ਵੀ ਤਕਰੀਬਨ ਇਸ ਵੇਲੇ ਕਾਫੀ ਜ਼ਿਆਦਾ ਹੋ ਜਾਂਦੀ ਆ। ਅੱਜ ਵੀ ਠੰਡੇ ਮੌਸਮ ਕਰਕੇ ਥੋੜ੍ਹਾ ਜਿਹਾ ਕੰਮ ਕੁੰਮ ਨਿਬੇੜਦੇ ਹਾਂ। ਕਣੀਆਂ ਜੀ ਨਾ ਫਿਰ ਕਾਫੀ ਜ਼ਿਆਦਾ ਚੜ੍ਹ ਗਿਆ ਵਾ, ਕਰਦੇ ਹਾਂ ਸਾਫ ਸਫਾਈ। ਚੱਕਣੇ ਆਰੰਭ ਆਪਾਂ ਕਰਦੇ ਹਾਂ ਸਫਾਈ। ਬਾਰਿਸ਼ ਹੋਣ ਕਰਕੇ ਘਰ ਨਾਲ ਮੈਚ ਇੱਥੇ ਆਪਾਂ ਰੋਕਤਾ ਵਾ, ਮੈਚ ਦੁਬਾਰੇ ਕੰਟੀਨਿਊ ਕਰਾਂਗੇ ਘਰ ਨਾਲ। ਇੰਨਾ ਕੱਢਤਾ, ਬਾਕੀ ਕਣੀਆਂ ਪੈਂਦੀਆਂ ਵਾ, ਗਰਮੀ ਆਈ ਕਰਕੇ ਬਚਾ ਹੀ ਚੰਗਾ ਵਾ। ਇਹ ਨਾ ਹੋਵੇ ਕਦੇ ਸਫਾਈ ਕਰਦੇ ਕਰਦੇ ਕਿ ਬਿਮਾਰ ਹੀ ਹੋ ਜਾਈਏ ਕਿਤੇ, ਤਾਂ ਕਰਕੇ ਹਜੇ ਕੰਮ ਰੋਕ ਦਿੱਤਾ ਗਿਆ ਫਿਲਹਾਲ। ਬਾਰਿਸ਼ ਤੋਂ ਬਾਅਦ ਦੇਖਦੇ ਹਾਂ, ਥੋੜ੍ਹੀਆਂ ਜਿਹੀਆਂ ਕਣੀਆਂ ਜੇ ਰੁਕ ਜਾਈਆਂ ਤਾਂ। ਨਾਲੇ ਹੁਣ ਆ ਕੇ ਬਾਹਰਲੇ ਘਰੇ ਲਾਉਂਦੇ ਹਾਂ ਦਾਣਾ ਘੋੜੇ ਦਾ, ਜੋੜੇ ਦਾ ਦਾਣਾ ਬਣਾਉਣ ਵਾਲਾ ਸੀਗਾ। ਛੋਲੇ, ਸੋਇਆਬੀਨ, ਜੌਂ, ਜਮੀਂ, ਕਣਕ ਲਾਉਂਦੇ ਹਾਂ। ਤੂੰ ਕੀ ਕਰੀ ਜਾਂਦਾ ਹੈ? ਸਿੱਧਾ ਕੰਮ ਨਾ ਕਰੀ ਕੋਈ ਤਾਂ। ਜੌਂ ਪਏ ਆਪਣੇ ਆਪ ਦੇ ਵੀ ਚੰਗੇ ਲੱਗੇ ਮੈਨੂੰ, ਸਾਫ ਜੇ ਸੀਗੇ ਪੂਰਾ। ਤਾਂ ਮੈਂ ਚੱਲ ਲੈ ਚੱਲਦੇ ਹਾਂ, ਲੱਗ ਹੀ ਜਾਣੇ ਆ ਉਹ ਵੀ, ਅਤੇ ਦੁਬਾਰੇ ਦਾਣਾ ਬਣਾਇਆ ਉਹ ਘਰੋਂ ਪਾ ਲਾਂਗੇ। ਜਮੀਂ ਦੇਖ ਕਿਵੇਂ ਆ, ਸਾਫ਼ ਆ? ਜੌਂ ਚੰਗੇ ਆ, ਜਮੀਂ ਵੀ ਚੰਗੀ ਆ, ਕਣਕ ਵੀ ਚੰਗੀ ਆ। ਸਾਨੂੰ ਐਂ ਨਾ ਰਲਾ ਦੇ ਕਰਾਂ ਦਾਣਾ ਦਾਣਾ ਹੈ। ਠੀਕ ਆ, ਸੈੱਟ ਆ ਹੁਣ, ਐਨ ਚੰਗੀ ਤਰ੍ਹਾਂ ਇੱਕ ਹੋਰ ਬਾੜ ਦੇ। ਲਿੱਸਾ ਬਹੁਤ ਹੋ ਗਿਆ ਘੋੜਾ, ਤੂੰ ਪਿੰਡ ਨੂੰ ਚਲਿਆ ਗਿਆ, ਘੋੜਾ ਲਿੱਸਾ ਹੋ ਗਿਆ ਹੈ। ਕਰ ਦੇਣਾ ਕੈਮ ਹੁਣ ਦੇਣਾ ਜੀ ਤੇਰਾ ਆਪਾਂ। ਠੀਕ ਆ, ਬੋਲਦਾ ਨੀ, ਕੀ ਹੋਇਆ ਤੈਨੂੰ? ਨਹੀਂ ਬੋਲਦਾ ਨੀ ਮੈਂ। ਹਾਂ,
ਹੋਰ ਕੀ ਦੇਖਦਾ ਕੀ ਆ ਬੜਿਆ ਕੜਾ ਯੋਗਰਾਜ ਕਰਦੇ ਆ ਕੈਮ ਇਹਨੂੰ ਖੜਾ ਖੜਾ ਕਰਦੇ ਆ।